ਮੰਜ਼ਲ ਆ, ਸਿੱਖਾਂ ਦਾ ਨਿਸ਼ਾਨਾ ਆ, ਉਹ ਕੇਵਲ ਤੇ ਕੇਵਲ ਖਾਲਿਸਤਾਨ ਆ। ਆਪਾਂ ਭਾਰਤ ਦੇ ਵਿੱਚ ਗੁਲਾਮ ਹਾਂ ਅਤੇ ਇਸ ਗੁਲਾਮੀ ਨੂੰ ਗਲੋਂ ਲਾਉਣਾ ਹੈ। ਖਾਲਸਾ ਪੰਥ ਆ, ਜੋ ਸਿੱਖ ਆ, ਜੋ ਆਜ਼ਾਦੀ ਪਸੰਦ ਸਿੱਖ ਹਨ, ਉਹ ਇਸ ਸੰਵਿਧਾਨ ਨੂੰ ਰੱਦ ਕਰਦੇ ਹੋਏ ਆਪਣੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਦੇ ਹਨ। ਕਸ਼ਮੀਰੀ ਭਾਈਚਾਰਾ, ਉਹਨਾਂ ਨਾਲ ਜੋ ਸੰਬੰਧਿਤ ਲੋਕ ਹਨ, ਉਹ ਵੀ ਉੱਥੇ ਜੋ ਜ਼ੁਲਮ ਹੁੰਦੇ ਹਨ ਇਸ ਸੰਵਿਧਾਨ ਦੇ ਅਧੀਨ, ਉਹ ਉਹਨਾਂ ਜ਼ੁਲਮਾਂ ਦੇ ਖਿਲਾਫ ਅੱਜ ਇੱਥੇ ਆਪਣਾ ਰੋਸ ਅਤੇ ਰੋਹ ਪ੍ਰਚੰਡ ਕਰਨ ਵਾਸਤੇ ਆਏ ਹਨ। ਦਰਸਕੋ, ਹੁਣ ਅਸੀਂ ਲਵਖਿੰਦਰ ਸਿੰਘ ਡੱਲੇ ਵਾਲੇ ਨਾਲ ਗੱਲ ਕਰਦੇ ਹਾਂ ਵੀ ਅੱਜ ਦਾ ਮਜ਼ਾਰਾ ਕਿਉਂ ਹੋ ਰਿਹਾ। ਹਾਂਜੀ ਭਾਈ ਲਵਖਿੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ, ਅੱਜ ਦਾ ਜਿਹੜਾ ਮੁਜ਼ਾਹਰਾ 26 ਜਨਵਰੀ ਨੂੰ ਜਿਹੜਾ ਇੰਡੀਆ ਦਾ ਸੰਵਿਧਾਨ ਲਾਗੂ ਹੋਇਆ ਸੀਗਾ, ਉਸ ਸੰਵਿਧਾਨ ਨੂੰ ਆਪਾਂ ਨਹੀਂ ਮੰਨਦੇ, ਕਿਉਂਕਿ ਉਹ ਸੰਵਿਧਾਨ ਸਿੱਖਾਂ ਨੂੰ ਸਿੱਖ ਨਹੀਂ ਮੰਨਦਾ। ਸੋ ਇਸ ਸੰਵਿਧਾਨ ਦੇ ਅਧੀਨ ਹੀ ਸਿੱਖਾਂ 'ਤੇ ਜ਼ੁਲਮ ਹੋਏ ਆ। ਦਰਬਾਰ ਸਾਹਿਬ ਸੱਚਖੰਡ ਦੇ ਉੱਪਰ ਟੈਂਕਾਂ ਦੇ ਤੋਪਾਂ ਨਾਲ ਹਮਲਾ ਕੀਤਾ ਗਿਆ, ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਜੋ ਜ਼ੁਲਮ ਸਿੱਖਾਂ ਦੇ ਨਾਲ ਅੱਜ ਦੀ ਘੜੀ ਤੱਕ ਹੋਏ ਹਨ, ਉਹੀ ਜ਼ੁਲਮ ਹੁਣ ਕਸ਼ਮੀਰ ਵਿੱਚ ਸ਼ੁਰੂ ਹੋਏ ਹਨ। ਸੋ ਅੱਜ ਦਾ ਜੋ ਮੁਜ਼ਾਹਰਾ ਸਿੱਖਾਂ ਵੱਲੋਂ ਅਤੇ ਕਸ਼ਮੀਰੀਆਂ ਵੱਲੋਂ, ਜੋ ਆਜ਼ਾਦੀ ਪਸੰਦ ਕਸ਼ਮੀਰੀ ਹਨ, ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਸਿੱਖ ਅਤੇ ਕਸ਼ਮੀਰੀ ਇੱਥੇ ਪੁੱਜੇ ਹਨ। ਸੋ ਅਸੀਂ ਇਸ ਵਾਰ ਫਿਰ ਪ੍ਰਣ ਦੁਹਰਾਉਂਦੇ ਹਾਂ ਕਿ ਸਿੱਖਾਂ ਦੀ ਜਿਹੜੀ ਮੰਜ਼ਿਲ ਆ, ਸਿੱਖਾਂ ਦਾ ਨਿਸ਼ਾਨਾ ਆ, ਉਹ ਕੇਵਲ ਅਤੇ ਕੇਵਲ ਖਾਲਿਸਤਾਨ ਆ, ਜਿਸ ਦੀ ਨੀਂਹ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੀ ਲਸਾਨੀ ਸ਼ਹਾਦਤ ਦੇ ਕੇ ਰੱਖੀ ਸੀਗੀ। ਅਸੀਂ ਉਸ ਦੀ ਪੂਰਤੀ ਤੱਕ ਹਮੇਸ਼ਾ ਹੀ ਸੰਘਰਸ਼ ਕਰਦੇ ਰਹੇ ਹਾਂ ਔਰ ਕਰਦੇ ਰਹਾਂਗੇ। ਸੋ ਇਸੇ ਤਰ੍ਹਾਂ ਹੀ ਹਰੇਕ ਸਕਦਾ ਫਰਜ਼ ਹੈ ਕਿ ਉਹ ਅੱਜ ਦੇ ਦਿਨ ਘੱਟੋ ਘੱਟ ਇਹ ਮਹਿਸੂਸ ਕਰ ਲਵੇ ਕਿ ਆਪਾਂ ਭਾਰਤ ਦੇ ਵਿੱਚ ਗੁਲਾਮ ਹਾਂ ਅਤੇ ਇਸ ਗੁਲਾਮੀ ਨੂੰ ਗਲੋਂ ਲਾਉਣਾ ਹੈ। ਔਰ ਜਿਹੜੇ ਗੁਲਾਮੀ ਨੂੰ ਗਲੋਂ ਲਾਉਣ ਵਾਸਤੇ ਜੋ ਕਾਫਲੇ ਤੁਰੇ ਹਨ, ਉਹਨਾਂ ਕਾਫਲਿਆਂ ਦੇ ਯਤਨਸ਼ੀਲ ਹੋਵੋ ਔਰ ਤਨ ਕਰਕੇ, ਮਨ ਕਰਕੇ, ਧਨ ਕਰਕੇ, ਜਿੱਦਾਂ ਵੀ ਕੋਈ ਚਾਹੁੰਦਾ, ਖਾਲਿਸਤਾਨ ਦੀ ਜੰਗੀ ਆਜ਼ਾਦੀ ਵਿੱਚ ਯੋਗਦਾਨ ਜ਼ਰੂਰ ਪਾਓ ਜੀ। ਲਵਖਿੰਦਰ ਸਿੰਘ ਜੀ, ਅੱਜ ਕੌਣ ਕੌਣ ਆਇਆ ਇੱਥੇ, ਜਿੱਦਾਂ ਕਿਹੜੀਆਂ ਕਿਹੜੀਆਂ ਜਥੇਬੰਦੀਆਂ? ਜੇ ਸਿੱਖਾਂ ਦੀਆਂ ਜਥੇਬੰਦੀਆਂ ਲਗਭਗ ਸਾਰੀਆਂ ਹੀ ਆਈਆਂ ਅੱਜ, ਅਤੇ FSO ਦੇ ਸਾਰੇ ਜਿਹਨੇ ਸ਼ਾਮਿਲ ਆ ਸਾਰੇ ਆਏ ਹਨ। ਸੋ ਇਸੇ ਤਰ੍ਹਾਂ ਜੇ ਕਸ਼ਮੀਰੀ ਜਥੇਬੰਦੀਆਂ, ਉਹਨਾਂ ਦੇ ਵਿੱਚ ਜੋ ਨੁਮਾਇੰਦੇ ਆ ਔਰ ਜੋ ਉਹਨਾਂ ਦੀਆਂ ਜੋ ਕੌਮ ਦੇ ਨਾਲ ਸੰਬੰਧ ਰੱਖਦੇ ਜਿਹੜੇ ਲੋਕ ਆ, ਭਾਈਚਾਰੇ ਦੇ, ਉਹ ਵੀ ਵੱਡੀ ਗਿਣਤੀ ਦੇ ਵਿੱਚ ਅੱਜ ਪੁੱਜੇ ਆ। ਅਤੇ ਮਕਸਦ ਕੀ ਅੱਜ ਜਿੱਦਾਂ ਮੁਜ਼ਾਹਰਾ ਕਰਨ ਦਾ, ਵੀ ਅੱਜ ਇਹ ਦਿਨ ਕਿਉਂ ਰੱਖਿਆ ਐਤਵਾਰ ਆ, ਇੰਡੀਆ ਹਾਊਸ ਵੀ ਬੰਦ ਆ? ਬੇਸ਼ੱਕ ਇੰਡੀਆ ਹਾਊਸ ਬੰਦ ਆ, ਇੰਡੀਆ ਹਾਊਸ ਵਾਲੇ ਅੱਜ ਦੇ ਦਿਨ ਪਾਰਟੀ ਕਰਦੇ ਹੁੰਦੇ ਹਨ ਇਸ ਸੰਵਿਧਾਨ ਨੂੰ ਲਾਗੂ ਕਰਨ ਦੀ ਖੁਸ਼ੀ ਦੇ ਵਿੱਚ, ਔਰ ਜੋ ਖਾਲਸਾ ਪੰਥ ਆ, ਜੋ ਸਿੱਖ ਆ, ਜੋ ਆਜ਼ਾਦੀ ਪਸੰਦ ਸਿੱਖ ਹਨ, ਉਹ ਇਸ ਸੰਵਿਧਾਨ ਨੂੰ ਰੱਦ ਕਰਦੇ ਹੋਏ ਆਪਣੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਦੇ ਹਨ। ਇਸੇ ਤਰ੍ਹਾਂ ਹੀ ਜੋ ਕਸ਼ਮੀਰ ਦੇ ਭਾਈਚਾਰਾ ਹੈ, ਕਸ਼ਮੀਰੀ ਭਾਈਚਾਰਾ, ਉਹਨਾਂ ਨਾਲ ਜੋ ਸੰਬੰਧਿਤ ਲੋਕ ਹਨ, ਉਹ ਵੀ ਉੱਥੇ ਜੋ ਜ਼ੁਲਮ ਹੁੰਦੇ ਹਨ ਇਸ ਸੰਵਿਧਾਨ ਦੇ ਅਧੀਨ, ਉਹ ਉਹਨਾਂ ਜ਼ੁਲਮਾਂ ਦੇ ਖਿਲਾਫ ਅੱਜ ਇੱਥੇ ਆਪਣਾ ਰੋਸ ਅਤੇ ਰੋਹ ਪ੍ਰਚੰਡ ਕਰਨ ਵਾਸਤੇ ਆਏ ਹਨ। ਸੋ ਇਸ ਕਰਕੇ ਚਾਹੇ 26 ਜਨਵਰੀ ਦਾ ਦਿਨ ਆ, ਚਾਹੇ 15 ਅਗਸਤ ਦਾ ਦਿਨ ਆ, ਇਹ ਭਾਵੇਂ ਤਰੀਕ ਕਿਸੇ ਵੀ ਦਿਨ ਆਵੇ ਹਫ਼ਤੇ ਦੀ, ਉਸੇ ਦਿਨ ਹੀ ਮੁਜ਼ਾਹਰੇ ਕੀਤੇ ਜਾਂਦੇ ਹਨ। ਸੋ ਕੀਤੇ ਜਾਂਦੇ ਰਹਿਣਗੇ।